ਮੈਂ ਪ੍ਰਭਾਤ ਸਿੰਘ ਕਿਸੇ ਦੇ ਘਰ ਗਈ ਤੇ ਮੈਂ ਕਿਹਾ ਜੀ ਤੁਸੀਂ ਲੰਗਰ ਤਿਆਰ ਕਰਾਇਆ ਤੇ ਪੰਗਾ ਕਿਉਂ ਨਹੀਂ ਲਵਾਈ ਵੀ ਤੁਹਾਨੂੰ ਬੜਾ ਪਤਾ ਬੀਬੀਆਂ ਨੇ ਸਕੂਲ ਬੱਚੇ ਨਹੀਂ ਤੋਰ ਰਹੇ ਤੇ ਬੋਲਿਆ ਝੂਠ ਕਿਉਂਕਿ ਤੰਦੂਰ ਵਾਲਾ ਲੇਟ ਆਇਆ ਸੀ ਉਹਨੇ ਨਾਨ ਹੀ ਬਣਾਉਣੇ ਸ਼ੁਰੂ ਕੀਤੇ ਸੀ ਤੇ ਬੀਬੀਆਂ ਚਪਟੇ ਮਾਰ ਰਹੀਆਂ ਸੀ ਪਰ ਨਾਨ ਸਾਨੂੰ ਮਿਲ ਜਾਣ ਮੈਂ ਬੀਬੀ ਹੁਣ ਬੱਚੇ ਨਹੀਂ ਜੇ ਤੋਰ ਰਹੇ ਤੁਸੀਂ ਬੱਚਿਆਂ ਦਾ ਬਹਾਨਾ ਨਾ ਮਾਰੋ ਮੈਂ ਤੁਸੀਂ ਲੰਗਰ ਇਕੱਠਾ ਕਰਨਾ ਵੀ ਜੀ ਸੋਰੀ 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 ਮੈਂ ਸਭ ਨੂੰ ਦੇਦਾ ਲੰਗਰ ਕਰਦੇ ਤੁਸੀਂ ਵੀ ਛਕ ਲਓ ਮੈਂ ਕਿਹਾ ਜੀ ਗੁਰਸਿੱਖਾਂ ਨੂੰ ਦੇ ਘਰ ਪਿੱਛੋਂ ਬੱਚਾ ਆਪ ਹੁੰਦਾ ਮੈਂ ਪਰਿਵਾਰ ਦੇ ਨਾਲ ਹੀ ਬਹਿ ਕੇ ਛਕ ਲਾਂਗਾ ਪਰਿਵਾਰ ਨਾਲ ਸਾਂਝ ਪਈ ਅਤੇ ਜਿਹੜੀ ਪਰਿਵਾਰ ਦੀ ਮੁਖੀ ਲੇਡੀ ਹੈ ਕਹਿੰਦੀ ਵੀਰ ਜੀ ਤਾਂ ਵਿਹਲੇ ਹੀ ਨੇ ਸਾਰਾ ਦਿਨ ਗੁਰਦੁਆਰੇ ਬੈਠ ਰਹੇ ਨੇ ਇਸ ਤਰ੍ਹਾਂ ਕਹਿੰਦੇ ਭੈਣ ਜੀ ਅਕਲ ਕਰੋ ਜਦੋਂ ਤਾਂ ਸੇਵਾ ਕਰੋ ਵਿਹਲਾ ਹੁੰਦਾ ਇਹਦਾ ਤਾਂ ਗੁਰੂ ਨਾਨਕ ਹੀ ਬੈਠੇ ਪਏ ਸਨ ਅਤੇ ਮੈਂ ਨਾ ਉਹਨਾਂ ਨੂੰ ਕਿਹਾ ਜੀ ਮੈਨੂੰ ਸਿਰਫ ਇੱਕ ਨਹਾਉਣ ਘਰ ਵਾਸਤੇ ਦਿਓ ਘਰ ਦੇ ਮੂੰਹ ਲਾ ਦਾਂਗੇ ਲਾਲਚ ਮੈਨੂੰ ਕੋਈ ਨਹੀਂ ਅਸ ਰਹਿਣ ਦਿਓ ਕਹਿੰਦੇ ਬਾਹਰ ਤੰਦੂਰ 'ਤੇ ਨਾ ਉੱਥੇ ਲੈ ਲਓ ਉੱਥੇ ਜਦੋਂ ਰਾਣੀ ਬੀਬੀ ਆ ਖੜੀ ਘਰ ਦੇ ਮਾਲ ਵੀਰ ਜੀ ਚਲੋ ਚਲੋ ਰਿਸ਼ਤੇਦਾਰ ਆਉਣੇ ਨੇ ਅਤੇ ਉਹ ਬੀਬੀ ਨਾ ਮੈਨੂੰ ਮਿਲ ਗਈ ਗੁਰਾਮਦਾਸ ਵਾਰਾ ਜੀ ਮੈਂ ਕਿਹਾ ਬੀਬੀ ਜੀ ਤੁਸੀਂ ਵਿਹਲੇ ਹੀ ਹੋ ਹਰ ਪਾਸ ਫਰੀ ਪਹੁੰਚ ਜਾਂਦੇ ਤੁਹਾਨੂੰ ਕੰਮ ਦਿੰਦਾ ਕੋਈ ਨਹੀਂ ਇਹ ਵਿਹਲੇ ਦਾ ਕੰਮ ਰੂਪਾ ਫਰੀ ਜਾਣਾ ਅਤੇ ਮੈਂ ਕਿਹਾ ਵੀ ਜੀ ਮੈਂ ਸੁਣਿਆ ਤੁਸੀਂ ਕਮੀਨੇ ਵੀ ਕਹਿੰਦੇ ਉਹ ਕਿਵੇਂ ਮੈਂ ਤੁਸੀਂ ਹੁਣੇ ਮੈਨੂੰ ਕਿਹਾ ਚਾਰ ਨਾ ਮੈਨੂੰ ਪਾ ਦੇ ਅਤੇ ਆਪਣੇ ਘਰ ਕਹਿੰਦੇ ਅਸੀਂ ਸਾਡੇ ਕੋਲ ਹੈ ਨਹੀਂ ਬੀਬੀਆਂ ਕਹਿੰਦੀਆਂ ਇਹ ਹੋ ਗਿਆ ਅਤੇ ਕੱਲ੍ਹ ਉਹਦਾ ਪੁੱਤਰ ਮੇਰਾ ਲੜਨ ਵਾਸਤੇ ਆ ਗਿਆ ਅੰਕਲ ਜੀ ਤੇਰਾ ਦਿਮਾਗ ਖਰਾਬ ਹੈ ਮੇਰਾ ਬਾਕੀ ਖਰਾਬ ਹੈ ਤੇ ਮੈਂ ਸੱਚ ਬੋਲਦਾ ਨਾ ਮੈਂ ਕਿਹਾ ਜੀ ਕਹਿਣਾ ਕੀ ਚਾਹੁੰਦੇ ਹੋ ਤੁਸੀਂ ਮਾਂ ਦੀ ਲਾਹਵਾ ਕੀਤੀ ਮੈਂ ਕਿਹਾ ਜੀ ਸੱਚ ਸੁਣੋਗੇ ਕਹਿੰਦਾ ਹਾਂ ਸੁਣਾਓ ਨਹੀਂ ਮੈਂ ਤਾਂ ਕੋਈ ਗੱਲ ਨਹੀਂ ਸੁਣਨੀ ਮੈਂ ਕਿਹਾ ਗੱਲ ਛੇੜੀ ਕਿਉਂ ਹੈ ਕਹਿੰਦਾ ਵੀ ਤੁਸੀਂ ਸਾਡੇ ਘਰ ਕਿਉਂ ਸੇਵਾ ਕੀਤੀ ਉਦੋਂ ਕਿਉਂ ਸੇਵਾ ਕਰਨ ਲਈ ਮੈਂ ਵਾਹ ਮਾਂ ਵੀ ਉਦਾਂ ਦੀ ਪੁੱਤਰ ਵੀ ਉਦੋਂ ਸੇਵਾ ਕਰਨੀ ਗੁਨਾਹ ਹੋ ਗਈ ਕਹਿੰਦਾ ਤੁਸੀਂ ਰਿਸ਼ਤੇਦਾਰਾਂ ਕੋਲ ਕਿਉਂ ਬੈਠੇ ਹੋ ਮੈਂ ਕਿਹਾ ਜੀ ਮੇਰਾ ਮਕਸਦ ਹੈਗਾ ਸਾਰੇ ਭੈਣ ਭਾਈ ਨੂੰ ਵਰਤਾ ਗਿਆ ਫਿਰ ਜਾਣਾ ਤੁਹਾਡਾ ਕੋਈ ਮਤਲਬ ਬੈਠਣ ਦਾ ਮੈਂ ਕਿਹਾ ਨਹੀਂ ਅਤੇ ਮੈਂ ਕਿਹਾ ਤੇਰੀਆਂ ਕਹਿੰਦਾ ਮੈਂ ਨਾ ਤੁਹਾਨੂੰ ਇਹ ਕਰ ਦੂੰਗਾ ਉਹ ਕਰ ਦੂੰਗਾ ਮੈਂ ਤੂੰ ਤਾਂ ਕਰ ਦੇਗਾ ਨਾ ਅਤੇ ਮੈਂ ਤੁਹਾਨੂੰ ਹੁਣੇ ਰੈਸਟ ਕਰਾ ਸਕ ਹੁਣੇ ਚੱਲ ਥਾਣੇ ਚੱਲੀਏ ਅਤੇ ਕਹਿੰਦਾ ਵੀ ਤੁਸੀਂ ਨਾ ਮੇਰੇ ਕੋਲੋਂ ਫਾਲ ਹੋ ਗਏ ਦੋ ਮੈਂ ਕਿਹਾ ਭਰਾ ਜੀ ਮੈਂ ਬੋਲਦਾ ਘੱਟ ਨਾ ਕਰਦਾ ਜ਼ਿਆਦਾ ਹੁੰਦਾ ਮੈਂ ਕਿਹਾ ਸੱਚ ਪੁੱਛੇ ਨਾ ਯੂ ਆਰ ਮੈਂਟਲ ਯੂਅਰ ਮਦਰ ਇਜ਼ ਮੈਂਟਲ ਨਾ ਮਾਣ ਤੂੰ ਵੀ ਨਾ ਪੁੱਤਰ ਤੂੰ ਵੀ ਫਿਰ ਵਰੁਣ ਦਾ ਆ ਗਿਆ ਕਹਿੰਦੇ ਜੀ ਗੱਲ ਕੀ ਹੋਈ ਮੈਂ ਕਿਹਾ ਗੱਲ ਕਹਿੰਦੇ ਅੰਜੇ ਦੀਵਾਲੀ ਦਾ ਦਿਨ ਨੇ ਇਸ ਗੱਲ 'ਤੇ ਮਾਰੋ ਘਾਟਾ ਜੋ ਇਹਨਾਂ ਕਿਹਾ ਇਹਨਾਂ ਨੂੰ ਮਾਫ਼ ਜੇ ਤੁਸੀਂ ਕਿਹਾ ਤੁਸੀਂ ਮਾਫ਼ ਮੈਂ ਨਹੀਂ ਛੱਡਣਾ ਇਹਨਾਂ ਨੂੰ ਨਾਲ ਉਹਦੀ ਵੋਟੀ ਆ ਗਈ ਕਹਿੰਦੀ ਉਹ ਅਕਲ ਦੀਆਂ ਕਹਾਣੀਆਂ ਉਸ ਬੰਦੀ ਚੁੱਪ ਕਰ ਜਾਣ ਕਰ ਨਿਪੜ ਗਈ ਜਾਣਾ ਤੂੰ ਮਾਂ ਤਈ ਸੋ ਕਹਿਣ ਤੋਂ ਭਾਵ ਇਹ ਹੈ ਅਸੀਂ ਕੀ ਲੈਣ ਜਾਂਦੇ ਹਾਂ ਲੋਕ ਜਾਣੇ ਇਹ ਗੀਤ ਹੈ ਇਹ ਤੋਂ ਬ੍ਰਹਮ ਵਿਚਾਰ ਅਤੇ ਹੁਣ ਮੈਂ ਤੁਹਾਨੂੰ ਅਖੀਰਲੀ ਗੱਲ ਕਰਨੀ ਹੈ ਉਸ ਵਕਤ ਜਿੰਨੇ ਘਰਾਂ 'ਚ ਗਿਆ ਕਹਿੰਦੀ ਵੀਰ ਜੀ ਸਾਡੇ ਨਾਲ ਨਾ ਡਾਇਨਿੰਗ ਟੇਬਲ ਦੇ ਬੈਗ ਪ੍ਰਸ਼ਾਦਾ ਛਕੋ ਅਤੇ ਆ ਮੂੰਹ ਲਾਉਣ ਵਾਸਤੇ ਘਰ ਲੈ ਜਾਓ ਦਿਨ ਮੰਗੇ ਮੋਤੀ ਮਿਲੇ ਮੰਗੇ ਮਿਲਣਾ ਪੀ ਨਾ ਮਿਲੇ ਤਾਂ ਕੋਈ ਡਰ ਨਹੀਂ ਅਤੇ ਹੁਣ ਜਿਸ ਘਰੋਂ ਅੱਜ ਆਇਆ ਅਤੇ ਕਹਿੰਦੇ ਵੀਰ ਤੁਸੀਂ ਛਕ ਲਓ ਮੈਂ ਕਿਹਾ ਜੀ ਗੁਰਸਿੱਖਾਂ ਨੂੰ ਦੇ ਘਰ ਪਿੱਛੋਂ ਬੱਚਾ ਆਪ ਹੁੰਦਾ ਮੈਂ ਤੁਹਾਡੇ ਪਰਿਵਾਰ 'ਚ ਬਹਿ ਖਾਣਾ ਮੈਂ ਸੋਫੇ ਬੈਠ ਕਹਿੰਦੇ ਵੀਰ ਜੀ ਫਿਰ ਓਪਰਾ ਕਿਉਂ ਕਰਦੇ ਬੈਠੋ ਪਰਿਵਾਰ 'ਚ ਅਤੇ ਉਹਨਾਂ ਕੁੜੀਆਂ ਨੇ ਵੇਖਿਆ ਕੁਲਚੇ ਅੱਜ ਫਿਰ ਖਤਮ ਸਾਰੇ ਪਰਿਵਾਰ ਥੋੜ੍ਹੀ ਲੈ ਗਈ ਉਹ ਜਦ ਹੋਰ ਮੰਗਾਏ ਉਹ ਕੁੜੀਆਂ ਨੇ ਕੁੜੀਆਂ ਤਲੀਆਂ ਰਿਸ਼ਤੇਦਾਰਾਂ ਵਾਸਤੇ ਕੀ ਹੋ ਰਿਹਾ ਲੋਕ ਜਾਣੇ ਇਹ ਗੀਤ ਹੈ ਇਹ ਤੋਂ ਬ੍ਰਹਮ ਵਿਚਾਰ ਲੰਗਰ ਇਕੱਠਾ ਕਰ ਲਿਆ ਅਤੇ ਸ਼ਬਦ ਪੜਨ ਦੀ ਵਾਰੀ ਖਿਚੜੀ ਖਿਚੜੀ ਖੋਲੀ ਅਤੇ ਕੋਈ ਫਾਇਦਾ ਨਹੀਂ ਅਤੇ ਪਰ ਮੈਨੂੰ ਪਤਾ ਹੁਣ ਕਿਉਂ ਮਹਿਸੂਸ ਨਹੀਂ ਹੁੰਦਾ ਮੈਨੂੰ ਭਾਈ ਜੋਗਿੰਦਰ ਸਿੰਘ ਸੋਹਾਣੇ ਵਾਲੇ ਨੇ ਗੱਲ ਸਮਝਾਈਏ ਜੈਸੀ ਭੁੱਖ ਤੈਸੀ ਕਾ ਪੂਰਕ ਕਈਆਂ ਨੂੰ ਪਦਾਰਥਾਂ ਦੀ ਹੀ ਭੁੱਖ ਹੈ ਕਈਆਂ ਨੂੰ ਵਾਰੀ ਲੈਣ ਦੀ ਭੁੱਖ ਹੈ ਉਹਨਾਂ ਕੋਲ ਸੁੱਖ ਨਹੀਂ ਹੈ ਸੁੱਖ ਉਹਨਾਂ ਕੋਲ ਜਿਹੜੇ ਅੰਦਰੋਂ ਜੁੜੇ ਹੋਏ ਨੇ ਭੋਜਨ ਭਜਨ ਔਰ ਨਾਰੀ ਤਿੰਨੋ ਪਰਦੇ ਕੇ ਅਧਿਕਾਰ ਜਿਹੜੇ ਜੁੜੇ ਹੁੰਦੇ ਨੇ ਨਾ ਹੁੰਡ ਜੀ ਖੁਦਾਏ ਦੇ ਭੇਦ ਨਾ ਕਿਸੇ ਦੇਣ ਉਹ ਤਾਂ ਕਿਸੇ ਰੰਗ ਵਿੱਚ ਹੁੰਦੇ ਨੇ ਹੁਣ ਇੱਥੇ ਨਾ ਕਈ ਵਾਰ ਲੰਗਰ ਹੁੰਦਾ ਮੈਨੂੰ ਵਾਈਫ ਕਹਿੰਦੀ ਜਾਂਦੇ ਛਕ ਲਿਆ ਕਰੋ ਬਚਦਾ ਨਹੀਂ ਹੈ ਮੈਂ ਜੇ ਨਾ ਬਚੇਗਾ ਤਾਂ ਘਰ ਆ ਕੇ ਛਕ ਲਾਂਗੇ ਸੰਗਤ ਦੀ ਸਿਸਤਾ ਮਿਲਣੀ ਚਾਹੀਦੀ ਹੈ ਨਾ ਅਤੇ ਮੈਨੂੰ ਭਾਈ ਜੋਗਿੰਦਰ ਸਿੰਘ ਜੀ ਕਹਿੰਦੇ ਸੰਗਤ ਦੀ ਸੇਵਾ ਕਰੋ ਜੀ ਕੁੜਮਾਂ ਦੀ ਕਰੀਦੀ ਕਿਸੇ ਨੂੰ ਕਹਿਣਾ ਨਾ ਹੋਵੇ ਮੇਰੇ ਕੋਲ ਚੀਜ਼ ਚਾਹੀਦੀ ਅਤੇ ਲਓ ਜੀ ਵੀਰ ਜੀ ਦਾਲ ਲਓ ਜੀ ਅਤੇ ਜੇ ਕਿਸੇ ਚਮਚਾ ਚਾਹੀਦਾ ਲਓ ਚਮਚਾ ਲਾ ਲਓ ਐ ਵੀ ਜੀ ਥੋੜ੍ਹਾ ਪਾਇਆ ਜੀ ਤੁਹਾਨੂੰ ਜੂਠ ਥੋੜ੍ਹਾ ਲਾ ਲਓ ਜੀ ਹਾਂਜੀ ਹੋਰ ਪਾਵਾਂ ਹੁਣ ਜਿੰਨੀ ਲੋੜ ਹੈ ਉਹ ਮੈਨੂੰ ਵੀਰ ਜੀ ਨੂੰ ਸਾਰੀ ਸੰਗਤ ਰਿਪੋਰਟ ਕੀਤੀ ਬੰਦਾ ਕਿੱਥੋਂ ਲੱਭ ਕੇ ਲਿਆਏ ਉਹ ਤਾਂ ਰੱਬ ਦਾ ਰੂਪ ਹੈ ਅਤੇ ਗੱਲ ਮੂੰਹ ਪਿੱਛੋਂ ਕੱਢਦੇ ਹਾਂ ਪਹਿਲਾਂ ਪੂਰੀ ਕਰੀ ਜਾਂਦਾ ਥੱਕਦਾ ਵੀ ਨਹੀਂ ਹੈਗਾ ਜਿਹਨੂੰ ਕੋਲ ਤੂੰ ਛਕ ਲੈ ਅਤੇ ਕਹਿੰਦੇ ਨੇ ਜੀ ਮੈਂ ਖਾ ਕੇ ਸੁਸਤੀ ਪਾਣੀ ਆਪਣੇ ਆਪ ਨੂੰ ਮੈਂ ਫਿਰ ਛਕ ਲਾਂਗਾ ਕਹਿੰਦੇ ਵੀਰ ਜੀ ਫਿਰ ਬਚਣਾ ਕਿਉਂ ਬਚੇ ਘਰ ਜਾ ਵੀ ਛਕਣਾ ਬੜੀ ਵਾਰ ਇੱਦਾਂ ਹੀ ਹੋਇਆ ਇੱਕ ਜਗ੍ਹਾ ਗਿਆ ਉੱਥੇ ਕਹਿੰਦੇ ਜੀ ਸਿਰ ਛੋਲੇ ਹੀ ਬਚੇ ਨੇ ਅਤੇ ਭਾਜੀ ਅਤੇ ਨਾ ਕੋਈ ਨਾਨ ਬਚਿਆ ਅਤੇ ਨਾ ਕੁਛ ਪੂੜੀ ਮੈਂ ਕੋਈ ਗੱਲ ਨਹੀਂ ਘਰ ਜਾ ਕੇ ਮੈਂ ਕਿਹਾ ਵੋਟੀ ਨੂੰ ਜਾਂ ਪੂੜੀ ਕੱਢ ਅਤੇ ਇਹ ਵੀ ਲੰਗਰ ਘਰ ਵੀ ਗੁਰੂ ਦਾ ਲੰਗਰ ਹੀ ਹੈ ਨਾ ਉਹ ਬਾਬੇ ਦਾ ਹੀ ਬਾਬੇ ਦਾ
ਤੇ ਇਹ ਕਿੱਥੇ ਲਿਖਿਆ ਭਾਵੇਂ ਜੇ ਲੱਖਾਂ ਕਮਾਉਂਦੇ ਹੋਈਏ ਫ੍ਰੀ ਦਾ ਮਿਲ ਜਾਏ ਬੜੀ ਮਾੜੀ ਬਾਤ ਗਿਰਤੀ ਸਾਡੀ ਕੌਮ 'ਚ ਨਾ ਮੇਰਾ ਖਿਆਲ ਹੈ ਜਿਹੜਾ ਵੱਧ ਤੋਂ ਵੱਧ ਖਵਾਉਣਾ ਨਾ ਬੰਦ ਕਰ ਦੇਣਾ ਚਾਹੀਦਾ ਜਿਹਨੇ ਜਲੰਧਰ ਮਾਲਟ ਹੋਣਾ ਸਲੀਕੇ ਸੰਗਤ ਆਉਂਦੀ ਜਿਹਨੇ ਜੁੜਨਾ ਉਹਨਾਂ ਨੂੰ ਹੈ ਹੀ ਨਹੀਂ ਲਾਲਚ ਖਾਣ ਦਾ ਜਿੱਥੇ ਖਾਣ ਦਾ ਲਾਲਚ ਹੈ ਨਾ ਬੰਦਾ ਖਤਮ ਦੇਖੋ ਰੋਟੀ ਘਰ ਪੱਕਦੀ ਹੈ ਨਾ ਉਹ ਬਾਬੇ ਦਾ ਹੀ ਹੈ ਰੋਟੀ ਘਰ ਖਾ ਲਓ ਹੁਣ ਮੈਂ ਕੀ ਕਿਹਾ ਕੱਲ੍ਹ ਤੋਂ ਉਹਨੂੰ ਐਕਸਟੈਂਸ਼ਨ 'ਚ ਆਉਣਾ ਨਾ ਗੁਰਦੁਆਰੇ ਕਰੋ ਲੰਗਰ ਛੱਕ ਕੇ ਆਉਣਾ ਤਾਂ ਕਿ ਮੈਂ ਤਮਾ ਨਾ ਰਹੇ ਅਤੇ ਆਏ ਰਾਤੀ ਵੀ ਸਾਰੇ ਅਲਵੀਰ ਜੀ ਲੰਗਰ ਮੈਂ ਤੁਰ ਖਾ ਕੇ ਆਇਆ ਕੁਛ ਤਾਂ ਖਾ ਲਓ ਮੈਂ ਕਿਹਾ ਥੋੜ੍ਹੀ ਖੀਰ ਦੇ ਦਿਓ ਬਸ ਅਤੇ ਸਾਰਿਆਂ ਨੂੰ ਵਰਤਾ ਤਾ ਅਤੇ ਇਹਨੂੰ ਕਹਿੰਦੇ ਨੇ ਸੀਸਾਂ ਠੀਕ ਹੈ ਨਾ